और तेरे छीमे मांग शाद फरमाए पे जेरा मेरे जाते मजलूम दे देख रे जा बासी ते जेडा कबर चासी तवजो मेरो कने जेडा कबर चासी ओथो ओ नो बोले सी ओदे जा दे असा चौडा बोले सी तवजो करे दे मदा फरमाए पे तावीज कबर रिश्तेदार बंद करके आवे सिन ओथा कोई मुनस से मददगार ना होसी मुबशत नजीर उस कबर चासिन सवाल करे सिन ओ नो बोले सी ओदे जा ते मैं इमाम जाफर सादिक बोले सी बस एक जुमला पढ़ना चाहना मस्जिद कूफा विच कई नबियां दे मसल्ले बने हुए जेरे करबला दे दरबार बैठे हो मेरी गवाही दे सो कई नबियां दे मसल्ले बने हुए उन मसलन दरमियान एक सेमर दे थल्ले जे गौर भी सरे ते दक्कतुल कजा फैसले करने वाली जगह उथा हजरत अमीरुल मोमिनीन खुतबा देन बैठन मौल फरमे देन अल मौत अहला मिनल असल मौत शह तो ज्यादा मिठी सेल सवाल की तब मौल मलकल मौत आंदे पियो दरो काफ करके लगा में दे पुत्र दे दरा देन धियां दे दिया देन पुत्र रोंदे रा देन धियां रोंदे देन वजाहत फरमाओ मौल फरमे ते कुरान नहीं पढ़ा ਉਹਦੇ ਮਤਲਬ ਤੁਹਾਡੇ ਤੋਂ ਵੱਡਾ ਕਾਰੀ ਕੁਰਾਨ ਹੈ ਕੋਈ ਨਾ ਤੁਹਾਡੇ ਤੋਂ ਵੱਡਾ ਹਾਫਿਜ਼ ਕੁਰਾਨ ਹੈ ਕੋਈ ਨਾ ਤੁਹਾਡੇ ਤੋਂ ਵੱਡਾ ਮੁਫਸਰ ਕੁਰਾਨ ਹੈ ਕੋਈ ਨਾ ਤੁਹਾਡੇ ਵਾਸਤੇ ਨਬੀਆਂ ਦੇ ਸੁਲਤਾਨ ਨੇ ਇਰਸ਼ਾਦ ਫਰਮਾਇਆ ਕੁਰਾਨ ਹਮਾ ਅਲੀਨ ਵਾਲੀਨ ਮਾਲ ਕੁਰਾਨ ਕੁਰਾਨ ਅਲੀ ਦੇ ਨਾਲ ਹੈ ਅਲੀ ਕੁਰਾਨ ਦੇ ਨਾਲ ਹੈ ਤੁਸਾਂ ਵਜ਼ਾਹਤ ਫਰਮਾਓ ਮੌਲਾਨਾ ਫਰਮਾਇਆ ਸੂਰਾ ਯੂਸਫ ਪੜ ਜਿਹੜਾ ਮਿਸਰ ਦੀ ਔਰਤਾਂ ਨੇ ਯੂਸਫ ਬਿਠਾਣਾ ਉਹਨਾਂ ਆਖੇ ਮਾ ਹਾਜ਼ਲ ਬਸ਼ਰ ਬਲ ਹੋ ਮਲਕੁਨ ਮੁਕਰਰਬ ਇਹ ਬਸ਼ਰ ਨਹੀਂ ਹੈ ਇਹ ਮਲਕ ਹੈ ਮੁਕਰਰਬ ਹੈ ਕੁਰਾਨ ਅਦਬ ਦੀ ਹੁੰਦੀਆਂ ਯੂਸਫ ਦਰਿਆ ਵਕਤਾ ਨਾ ਐਦੀਆ ਹੁਣਾ ਸੇਵਾ ਦੇ ਜਾ ਤੇ ਆਪਣੇ ਹੱਥ ਕੱਢ ਕੇ ਦੇ ਯੂਸਫ ਦੇ ਮੁਹੱਬਤ ਵਿੱਚ ਮੌਲਾ ਫਰਮਾਇਆ ਦੇ ਨਜ਼ਾਦਾਰ ਮੂਮਿਨ ਖਬਰਾਂ ਮਰ ਦੀ ਜ਼ਰੂਰਤ ਨਹੀਂ ਮਲਕਲ ਮੌਤ ਤੇਰਾ ਰੂਹ ਕਬਜ਼ਣ ਆਸੀ ਮੈਂ ਅਲੀ ਤੇਰੇ ਸਾਹਮਣੇ ਆਸਾਂ ਹਸਨ ਤੇਰੇ ਸਾਹਮਣੇ ਆਸੀ ਹੁਸੈਨ ਤੇਰੇ ਸਾਹਮਣੇ ਆਸੀ ਤੂੰ ਅਸਾਂ 14 ਦੀ ਜ਼ਿਆਰਤ ਕਰੇਂਦਾ ਰਾਸੇ ਮਲਕਲ ਮੌਤ ਤੇਰਾ ਰੂਹ ਕਬਜ਼ ਕਰੇਂਦਾ ਰਾਸੇ ਤੇ ਕੋ ਪਤੇ ਨਾ ਲੱਗਸੀ ਮੂਮਿਨ ਵਾਸਤੇ ਹੈ ਮੌਤ ਅਹਲਾ ਮਿਨਲ ਅਸਲ ਮੌਤ ਉਹ ਘਬਰਾਵੇ ਜੇ ਤੇ ਵਾਰਿਸ ਮੌਜੂਦ ਨਾ ਹੋਵੇ ਤੇਰੇ ਸਾਰੇ 14 ਵਾਰਿਸ ਮੌਜੂਦ ਨੇ ਮਕਤਲ ਜਿਵੇਂ ਗੁਜ਼ਾਰਾ ਨਹੀਂ ਜਿਵੇਂ ਲੱਗਦੀ ਕੁਝ ਨਾ ਹੋਵੇ ਇੱਕੋ ਜੁਮਲਾ ਪੜਨਾ ਹੈ ਆਪਣੇ ਇੱਜ਼ਤ ਲਈ ਘਰਾਂਵਾਂ ਨੂੰ ਕੱਢ ਦੇਣਾ ਮਖਤਲ ਚ ਵੀ ਗੁਜ਼ਾਰਾ ਨਹੀਂ ਇਹ ਲੱਗਦੀ ਹੈ ਕੁਝ ਨਾ ਹੋਣ 72 ਦਿਲਾਸ਼ ਆ ਦਿਨ ਹੀ ਗਵਾਂ 72 ਕੁੱਠਾ ਪੀਏ ਆ ਦਿਨ ਹੀ ਗਵਾਂ ਜਿਹੜਾ ਬੇਬੀ ਮਖਤਲ ਚਾਹੀਏ ਨਾ ਮਖਤਲ ਦੇ ਜੁਮਲੇ ਨਜ਼ਲਤ ਜ਼ੈਨ ਨਬੂ ਮਿਨਲ ਜਮਲ ਕਮਾ ਨਜ਼ਲ ਲਬਾਸ ਉਲਲ ਫਰਸ ਬੇਬੀ ਮਹਮਲ ਦੇ ਬਾਹਮਨ ਤੇ ਇੰਤਜ਼ਾਰ ਨਹੀਂ ਕੀਤਾ ਬੇਬੀ ਮਹਮਲ ਤੋਂ ਇਵੇਂ ਜਣੀਏ ਜਿਵੇਂ ਗਾਜ਼ੀ ਬਿਨ ਬਾਦ ਵੰਜਣਾ ਹਾ ਮੇਰੇ ਕੋਲ ਸਵਾਲ ਕਰੋ ਗਾਜ਼ੀ ਦੇ ਬਾਦ ਕੋਨਨ ਬੇਬੀ ਦੀ ਕਿਹੜੀ ਮਜਬੂਰੀ ਹੈ ਬੇਬੀ ਦੇ ਹੱਥਾਂ ਪਸੇ ਗਰਦਨ ਬਦੇ ਹੋਏ ਬੇਬੀ ਬਿਸਮਿਲਾ ਮੈਂ ਨਾ ਕਰਾਂ ਬੇਬੀ ਇਵੇਂ ਜਣੀਏ ਜਿਵੇਂ ਗਾਜ਼ੀ ਬਿਨ ਬਾਦ ਵੰਜਣਾ ਬੇਬੀ ਝਣ ਪਈਏ ਤੇ ਬੇਬੀ ਰੋ ਗਿਆ ਦੇ ਸਜਾਦ ਵੈਣ ਇਕੋ ਕਰਨਾ ਹੈ ਤੇ ਹੁਸੈਨ ਦੀ ਲਾਸ਼ ਤੇ ਕਰਨਾ ਹੈ ਮੇਰੇ ਬਿਰਾ ਹੁਸੈਨ ਦੀ ਲਾਸ਼ ਕੇਰੀ ਇਮਾਮ ਸਜਾਦ ਦੀ ਰਤ ਵਧ ਗਈ ਅਕਲ ਮਾਰ ਕੇ ਦਨ ਅਮਾ ਇਹ ਸਾਹਮਣੇ ਪੱਥਰਾਂ ਦਾ ਢੇਰ ਨਜ਼ਰ ਆਂਦਾ ਪਈ ਤੀਰਾਂ ਦਾ ਢੇਰ ਨਜ਼ਰ ਆਂਦਾ ਪਈ ਇਹ ਤੇਰੇ ਬਿਰਾ ਹੁਸੈਨ ਦੀ ਲਾਸ਼ ਮਕਤਲ ਦਾ ਦੌਰ ਹੋਇਆ ਤਾਂ ਲਿਖਿਆ ਨਾ ਦੂਏ ਪੜਨਾ ਚਾਹੁੰਦਾ ਇੱਕ ਰਿਵਾਇਤ ਲਿਖ ਰਹੇ ਨੇ ਮਕਤਲ ਲਿਖਦਨ ਬੀਬੀ ਆਪਣੇ ਇਖਤਿਆਰਾਂ ਦੇ ਇਸਤੇਮਾਲ ਕੀਤੇ ਬੀਬੀ ਆਦੀ ਆਓ ਪੱਥਰਾਂ ਉਹ ਤੀਰਾਂ ਲੁੱਟੀ ਦਮ ਗਈਆਂ ਹਾਂ ਤਾਰੀ ਦੀਦੀ ਤੁਹਾਡੀ ਮਿਹਨਤ ਕਰੇਗੀ ਮੇਰੇ ਵਿਰਾ ਦਿਲਾ ਛੋੜ ਦਿਓ ਪੱਥਰ ਕਿ ਨਹੀਂ ਗਏ ਤੀਰ ਕਿ ਨਹੀਂ ਗਏ ਪਹਿਲੀ ਵੇ ਤੂੰ ਮਕਤਲ ਲਿਖੀ ਵੀ ਵਿਦਿਆਰਥਨ ਪਸੇ ਗਰਦਨ ਬਦੇ ਹੋਏ ਬੇਬੇ ਨੇ ਇਰਕਾਂ ਦੇ ਨਾਲ ਪੱਥਰ ਦੇ ਤੀਰ ਹਟਾਉਣਾ ਸ਼ੁਰੂ ਕੀਤੇ ਜਿਹੜਾ ਹੁਸੈਨ ਦਾ ਸਰ ਨਜ਼ਰ ਨਹੀਂ ਆਏ ਨਾ ਉੱਚਾ ਵੈਣ ਕਰਕੇ ਜੋ ਹੁਸੈਨ ਅੱਲਾ ਦੇ ਨਾਂ ਤੇ ਰਸਾਏ ਨਾ ਰਾਸੋ ਕਾ ਤੇਰਾ ਸਰ ਗਿਦੇ ਗਿਆ ਹੁਸੈਨ ਅੱਲਾ ਦੇ ਨਾਂ ਤੇ ਰਸਾਏ ਨਾ ਲਿਬਾਸੋ ਕਾ ਤੇਰਾ ਲਿਬਾਸ ਗਿਦੇ ਗਿਆ ਬਿਰਾ ਹੁਸੈਨ ਆ ਰਾਤ ਦੇ ਪੰਜ ਹੁਨੇ ਆਉਂਦੇ ਤੇਰੀ ਪਰੀ ਮੰਗਲ ਗਿਦੇ ਗਈ ਤੇਰੀ ਮੰਗਲੇ ਗਿਦੇ ਗਈ ਤ੍ਰੈ ਸਵਾਲ ਬਿਸਮਿਲਾ ਤ੍ਰੈ ਸਵਾਲ ਬੀਬੀ ਕੀਤੇ ਨੇ ਇੱਕ ਸਵਾਲ ਗਰੀਬ ਕੀਤਾ ਹੈ ਗਰੀਬ ਦਖਤੇ ਗੱਲ ਜਵਾਨ ਨੇ ਜ਼ੈਨਬ ਤੈ ਪੁੱਛੇ ਐ ਨਰਾਸੋ ਕਾ ਤੇਰਾ ਸਰ ਗਿਦੇ ਗਿਆ ਐ ਨਾ ਲਿਬਾਸੋ ਕਾ ਤੇਰਾ ਲਿਬਾਸ ਗਿਦੇ ਗਿਆ ਤੇਰੀ ਮੰਗਲੇ ਗਿਦੇ ਗਈ ਤੇਰੀ ਉਂਗਲੀ ਗਿਦੇ ਗਈ ਤੁਮੇ ਕੋ ਇੱਕ ਗੱਲ ਦਾ ਜਵਾਬ ਨੇ ਐ ਨਾਰੇ ਦਾਓ ਕੇ ਤੇਰੀ ਚਾਦਰ ਗਿਨ ਗਈ ਸ਼ਾਮੇ ਗਰੀਬਾ ਅਕਬਰ ਦਾ ਕਾਤਿਲ ਮੇਰੀ ਚਾਦਰ ਲੁੱਟ ਗਿਆ ਅੱਲਾਹ ਅੱਲਾਹ ਨਕੁਲਦਾ